ਹੁਣ ਆਪਾਂ ਕੁਐਸਚਨ ਕਰਦੇ ਹਾਂ ਸਿੱਧੇ ਤੇ ਉਲਟਿਆਂ ਨੂੰ। ਕਹਿੰਦੇ ਇੱਕ 15 ਮੀਟਰ ਉੱਚਾ ਖੰਭਾ, ਖੰਭੇ ਦੀ ਲੰਬਾਈ ਦਿੱਤੀ 15 ਮੀਟਰ, ਉਹਦਾ ਪਰਛਾਵਾਂ ਕਿੰਨਾ 10 ਮੀਟਰ, ਅਤੇ ਉਸ ਸਮੇਂ ਦਰਖਤ ਦੀ ਉਚਾਈ ਪਤਾ ਕਰੋ ਜੇ ਪਰਛਾਵਾਂ। ਟੇਬਲ ਬਣਾਇਆ। ਹੁਣ ਦੇਖੋ ਸਭ ਤੋਂ ਇੰਪੋਰਟੈਂਟ ਚੀਜ਼ ਉਹ ਚੀਜ਼ਾਂ ਨੇ ਆਪਣੇ, ਇੱਕ ਉਚਾਈ ਹੈ, ਇੱਕ ਕੀ ਹੈ ਪਰਛਾਵੇਂ ਦੀ ਲੰਬਾਈ। ਹੁਣ ਕੁਐਸਚਨ ਕੀ ਕਹਿੰਦਾ, ਅਗਰ ਪਰਛਾਵਾਂ ਵੱਡਾ ਹੋਊਗਾ ਤਾਂ ਉਚਾਈ ਵੀ ਵੱਧ ਹੋਊਗੀ, ਸਹੀ ਹੈ, ਜਾਂ ਉਚਾਈ ਵੱਧ ਹੋਊਗੀ ਪਰਛਾਵਾਂ ਵੱਧ ਹੋਊਗਾ, ਤਾਂ ਇਹਦਾ ਮਤਲਬ ਇਹ ਕਿਹੜਾ ਅਨੁਪਾਤ ਹੈ, ਸਿੱਧਾ ਸਮਾਨ ਅਨੁਪਾਤ ਹੈ। ਤਾਂ ਸਿੱਧੇ ਦੀ ਗੱਲ ਹੈ ਉੱਥੇ ਤਿਰਛੀ ਗੁਣਾ ਹੁੰਦੀ ਹੈ, ਸਿੱਧੇ ਦੇ ਵਿੱਚ ਤਿਰਛੀ ਗੁਣਾ ਹੋਊਗੀ ਅਤੇ ਉਲਟੇ ਦੇ ਵਿੱਚ ਸਿੱਧੀ ਗੁਣਾ ਹੋਊਗੀ। ਇਹਨੂੰ ਹੱਲ ਕਰਾਂਗੇ, ਕਿੰਨਾ ਆਂਸਰ ਆਊਗਾ 22.5 ਮੀਟਰ। ਨੈਕਸਟ, 15 ਆਦਮੀ ਵਿਅਕਤੀ ਨੇ 24 ਘੰਟੇ ਦੇ ਵਿੱਚ ਇੱਕ ਕੰਧ ਨੂੰ ਬਣਾਉਂਦੇ ਨੇ, 30 ਘੰਟੇ 'ਚ ਕਿੰਨਾ ਬਣਾਉਣਗੇ। ਹੁਣ ਅਗਰ ਉਹਨਾਂ ਨੂੰ ਟਾਈਮ ਜ਼ਿਆਦਾ ਚਾਹੀਦਾ ਤਾਂ ਬੰਦੇ ਘੱਟ ਲੱਗਣਗੇ, ਸਿੱਧੀ ਜੀ ਗੱਲ ਹੈ। ਤਾਂ ਇਹ ਕਿਹੜਾ ਅਨੁਪਾਤ ਹੋ ਗਿਆ? ਉਲਟਾ। ਦੇਖੋ ਇੱਥੇ ਸਿੱਧਾ ਸੀ, ਸਿੱਧੇ 'ਚ ਕਿੰਨੀ ਕਿਹੜੀ ਗੁਣਾ ਕੀਤੀ? ਤਿਰਛੀ। ਉਲਟੇ 'ਚ ਕਿਹੜੀ ਗੁਣਾ ਕਰਾ ਕੇ? ਸਿੱਧੀ। ਸਿੱਧੀ ਦੀ ਗੱਲ ਇਹ ਯਾਦ ਰੱਖੀ, ਐਕਸ ਗੁਣਾ 30। ਤਾਂ ਇਹਨੂੰ ਹੱਲ ਕਰਾਂਗੇ, ਐਕਸ ਆ ਗਿਆ 15 × 24 / 30, 15 × 30 / 12 × 24, ਤਾਂ ਕਿੰਨਾ ਆਂਸਰ ਆ ਗਿਆ 12। ਇੱਕ ਕੁਐਸਚਨ ਹੋਰ ਕਰਦੇ ਹਾਂ ਆਪਾਂ। ਕਹਿੰਦੇ ਇੱਕ ਕਾਰ 60 ਕਿਲੋਮੀਟਰ ਦੀ ਸਪੀਡ 'ਤੇ ਚੱਲਦੀ, ਉਹ ਸਪੀਡ ਦੇ ਤੀ ਅਤੇ ਉਹ 2 ਘੰਟੇ 'ਚ ਪੂਰਾ ਕਰਦੀ, ਅਤੇ ਜੇ 80 'ਤੇ ਜਾਊਗੀ ਤਾਂ ਟਾਈਮ ਕਿੰਨਾ? ਹੁਣ ਅਗਰ ਸਪੀਡ ਜ਼ਿਆਦਾ ਹੈ ਤਾਂ ਟਾਈਮ ਕੀ ਲੱਗੂਗਾ? ਲੱਗੂਗਾ। ਕਿਹੜਾ ਅਨੁਪਾਤ ਆ ਗਿਆ? ਉਲਟਾ। ਉਲਟੇ 'ਚ ਆਪਾਂ ਕਿਹੜੀ ਗੁਣਾ ਕਰਦੇ ਹਾਂ? ਸਿੱਧੀ ਗੁਣਾ ਕਰਦੇ ਹਾਂ। 60 × 2 ਬਰਾਬਰ ਹੈ 80 × x, ਇਹ ਕਿੰਨਾ ਆ ਗਿਆ? 80। 0 ਨਾਲ 0 ਗਿਆ, 2 ਤੇ ਗਿਆ 3, 2 ਤੇ ਗਿਆ 4, 2 ਤੇ, ਤਾਂ 3/2 ਘੰਟੇ। ਕਹਿਣ ਦਾ ਮਤਲਬ ਕਿੰਨੇ ਮਿੰਟ ਹੈ ਜੇ ਆਪਾਂ ਮਿੰਟ ਕਰਾਂਗੇ? 60 ਮਿੰਟ, ਸਹੀ ਹੈ। 20 ਗਿਆ ਤਾਂ 90 ਮਿੰਟ ਕਹਿ ਲਓ, 1.5 ਘੰਟਾ ਕਹਿ ਲਓ, ਇਹ ਗਿਆ